ਕਿ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ? ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ। ਮੁਫਤ ਸਲਾਹ ਲਈ ਕਾਲ ਕਰੋ 9953923945 ਤੇ। ਸੂਬੇ ਵਿੱਚ ਸਿੱਖਿਆ ਦਾ ਮਿਆਰ ਚੁੱਕਣ ਦੇ ਲਈ ਪੰਜਾਬ ਦੀ ਮਾਨ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ, ਜਿਨ੍ਹਾਂ ਤਹਿਤ ਸਰਕਾਰੀ ਸਕੂਲਾਂ ਨੂੰ ਟੈਕਨੋਲੋਜੀ ਨਾਲ ਜੋੜਦੇ ਹੋਏ AI ਰੋਬੋਟਿਕਸ ਲੈਬਸ ਦਿੱਤੀਆਂ ਜਾ ਰਹੀਆਂ ਨੇ। ਵਿਧਾਨ ਸਭਾ ਹਲਕਾ ਸੁਨਾਮ ਸੂਬੇ ਦਾ ਹੀ ਨਹੀਂ ਬਲਕਿ ਮੁਲਕ ਦਾ ਇੱਕੋ ਇੱਕ ਅਜਿਹਾ ਹਲਕਾ ਬਣ ਚੁੱਕਾ ਹੈ ਜਿੱਥੇ ਦੇ ਸਾਰੇ ਸੀਨੀਅਰ ਸੈਕੰਡਰੀ ਤੇ ਹਾਈ ਸਕੂਲ AI ਰੋਬੋਟਿਕਸ ਲੈਬਸ ਦੇ ਨਾਲ ਲੈਸ ਹੋ ਚੁੱਕੇ ਨੇ। ਇਹ ਦਾਅਵਾ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਸਰਕਾਰ ਦੇ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਕਰਵਾਇਆ ਤੇ ਭਰੋਸਾ ਦਵਾਇਆ ਕਿ ਜਲਦ ਹੀ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਟੈਕਨੋਲੋਜੀ ਨਾਲ ਜੋੜਦੇ ਹੋਏ ਰੋਬੋਟਿਕਸ ਲੈਬਸ ਦੇ ਨਾਲ ਲੈਸ ਕੀਤਾ ਜਾਵੇਗਾ। ਉੱਥੋਂ ਹੀ ਸਰਕਾਰ ਦੇ ਵੱਲੋਂ AI ਰੋਬੋਟਿਕਸ ਲੈਬਸ ਦੇਣ ਦੇ ਲਈ ਸਕੂਲੀ ਬੱਚਿਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ। ਜਿਸ ਲੈਬ ਦਾ ਉਦਘਾਟਨ ਹੈ ਰੋਬੋਟਿਕਸ ਲੈਬ ਦਾ, ਸਾਨੂੰ ਇਸ ਲੈਬ ਵਿੱਚ AI ਬਾਰੇ ਜਾਣਕਾਰੀ ਹੈ ਕਿਉਂਕਿ ਅੱਗੇ ਜਿਹੜਾ ਯੁੱਗ ਹੈ ਉਹ AI ਦਾ ਯੁੱਗ ਹੈ। ਸਾਨੂੰ ਜਿਹੜੀ ਚੀਜ਼ ਅਸੀਂ ਕਾਲਜ ਵਗੈਰਾ 'ਚ ਜਾ ਕੇ ਸਿੱਖਦੇ ਸੀ, ਸਪੈਸ਼ਲ ਕਲਾਸਿਸ ਲੈਂਦੇ ਸੀ, ਉਹ ਸਾਨੂੰ ਸਾਡੇ ਸਕੂਲ 'ਚ ਫੈਸਿਲਿਟੀ ਪ੍ਰੋਵਾਈਡ ਕਰੀ ਜਾ ਰਹੀ ਹੈ ਕਿਉਂਕਿ ਅਸੀਂ ਸਾਡੇ ਜਿਹੜੇ ਫਿਊਚਰ ਹੈ ਇਨ ਕੇਸ ਸਾਡੇ 'ਚ ਜਿਹੜੇ ਵੀ ਟੈਕਨੋਲੋਜੀ ਹੈ ਉਹ ਬਹੁਤ ਅਪਗ੍ਰੇਡ ਹੈ, ਸਾਡੀ ਸਾਇੰਸ ਬਹੁਤ ਜ਼ਿਆਦਾ ਅਪਗ੍ਰੇਡ ਹੋ ਰਹੀ ਹੈ, ਇਸ ਕਰਕੇ ਸਾਨੂੰ ਇਹੋ ਜਿਹੀਆਂ ਚੀਜ਼ਾਂ ਬਾਰੇ ਨੌਲੇਜ ਹੋਣੀ ਜ਼ਰੂਰੀ ਸੀ। ਇਸ ਕਰਕੇ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੰਨੀ ਵਧੀਆ ਸਹੂਲਤ ਪ੍ਰੋਵਾਈਡ ਕਰਵਾਈ। ਸਾਨੂੰ ਬਹੁਤ ਵਧੀਆ ਲੱਗ ਰਿਹਾ ਸਰ, ਅਸੀਂ ਬਹੁਤ ਹੀ ਨਸੀਬ ਵਾਲੇ ਸਮਝਦੇ ਹਾਂ ਕਿ ਸਾਨੂੰ ਹਰਜੋਤ ਸਿੰਘ ਬੈਂਸ ਜੀ ਨੇ ਇਹ ਰੋਬੋਟਿਕਸ ਲੈਬ ਜਿਹੜੀ ਆ ਪ੍ਰੋਵਾਈਡ ਕਰਵਾਈ ਆ। ਸਾਨੂੰ ਇੱਥੇ ਆ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਬਹੁਤ ਕੁਝ ਅਸੀਂ ਸਿੱਖਿਆ, ਅਸੀਂ ਖੁਦ ਡਿਜ਼ਾਇਨ ਕੀਤੇ, ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਹਰਜੋਤ ਸਿਰ ਬੈਂਸ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਲੈਬ ਪ੍ਰੋਵਾਈਡ ਕਰਵਾਈ ਹੈ। ਪਹਿਲਾਂ ਸਕੂਲਾਂ ਦੇ ਵਿੱਚ ਦੇਖਿਆ ਸੀ ਇੰਨਾ ਕੁਝ ਜਾਣਕਾਰੀ? ਨਹੀਂ ਸਰ, ਸਾਡੇ ਫਾਦਰ ਸਾਹਿਬ ਉਰੋ ਹੀ ਪੜ੍ਹੇ ਹੋਏ ਨੇ, ਉਹ ਦੱਸਦੇ ਹੁੰਦੇ ਨੇ ਕਿ ਜਿਹੜਾ ਸਕੂਲ ਆ ਉਹ ਬਹੁਤ ਹੀ ਅਪਗ੍ਰੇਡ ਹੋ ਗਿਆ ਹੈ, ਜਿਨ੍ਹਾਂ ਨੇ ਮਤਲਬ ਕਿ ਉਰੇ ਬਹੁਤ ਹੀ ਲੈਬਾਂ ਖੁੱਲ੍ਹ ਗਈਆਂ ਹਨ ਜਿਵੇਂ ਕਿ ਆ ਰੋਬੋਟਿਕਸ ਲੈਬ ਹੈ। ਸਾਨੂੰ ਉਰੇ ਆ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੇਖੋ ਇਸ ਤਰ੍ਹਾਂ ਕਿ ਬੱਚਿਆਂ ਨੂੰ ਕੀ ਫਾਇਦਾ ਹੋਏਗਾ ਇਹ ਤਾਂ ਤੁਸੀਂ ਆਪਦੇ ਆਪ ਅੱਖੀ ਦੇਖਿਆ ਅਤੇ ਤੁਸੀਂ ਰਿਕਾਰਡ ਵੀ ਕੀਤਾ। ਕਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਖੇੜੀ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਉਹ ਮਹਿਜ਼ ਕੁਛ ਕੁ ਦਿਨਾਂ ਦੀ ਟ੍ਰੇਨਿੰਗ ਦੇ ਨਾਲ ਕਿਹੋ ਜਿਹੇ ਟੌਪ ਕਲਾਸ ਪ੍ਰੋਜੈਕਟ ਨੇ ਜਿਹੜੇ ਆਪਾਂ ਸ਼ਾਇਦ ਸੋਚ ਵੀ ਨਹੀਂ ਸਕਦੇ ਉਹਨਾਂ ਨੇ ਆਪ ਤਿਆਰ ਕੀਤੇ ਨੇ, ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਲਾਹਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਹੋਊਗਾ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਹੈਲਥ ਔਰ ਐਜੂਕੇਸ਼ਨ ਜਿਹੜਾ, ਚਲੋ ਸਾਡੀ ਪਾਰਟੀ ਦਾ ਵੀ ਸਾਡਾ ਸਰਕਾਰਾਂ ਦਾ ਵੀ ਦਿੱਲੀ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਇਹ ਮਾਡਲ ਤਾਂ ਹੈ ਹੀ ਹੈ ਕਿਉਂਕਿ ਐਜੂਕੇਸ਼ਨ ਇੱਕ ਇਹੋ ਜਿਹਾ ਬੂਟਾ ਹੈ ਕਿ ਜਿਹਨੂੰ ਜੇ ਆਪਾਂ ਜਿੰਨਾ ਲਾਵਾਂਗੇ, ਜਿੰਨਾ ਜੜ੍ਹਾਂ ਮਜ਼ਬੂਤ ਕਰਾਂਗੇ, ਉਹਨੇ ਉਨਾ ਹੀ ਪੰਜਾਬ ਨੂੰ, ਸਮਾਜ ਨੂੰ ਅਤੇ ਦੁਨੀਆ ਨੂੰ ਛਾਂ ਜਿਹੜੀ ਉਹ ਦੇਣੀ ਹੈ। ਨਿੱਜੀ ਤੌਰ 'ਤੇ ਵੀ ਮੈਂ, ਮੇਰੇ ਲਈ ਇਹ ਹਮੇਸ਼ਾ ਟੋਪ ਪ੍ਰਾਇਓਰਟੀ ਰਹੀ ਕਿ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਜਾਏ ਕਿਉਂਕਿ ਇਹਨਾਂ ਬੱਚਿਆਂ ਨੇ ਦੇਸ਼ ਦਾ ਭਵਿੱਖ ਜਿਹੜਾ ਉਹ ਸਵਾਰਨਾ। ਹੁਣ ਅੱਜ ਸੈਕਿੰਡ ਫੇਜ਼ ਹੈ ਜਿਹੜਾ ਉਹ ਅਸੀਂ ਸੁਨਾਮ ਹਲਕੇ ਦੇ ਸਾਰੇ ਹਾਈ ਸਕੂਲ, 10 ਹਾਈ ਸਕੂਲ ਅਤੇ 1 ਐਲੀਮੈਂਟਰੀ ਸਕੂਲ ਰੱਤੋ ਕੇ ਉਹਨਾਂ ਨੂੰ ਅਸੀਂ ਰੋਬੋਟਿਕ ਲੈਬਸ ਨੇ ਜਿਹੜੀਆਂ ਉਹ ਦਿੱਤੀਆਂ ਨੇ। ਇਸ ਤੋਂ ਪਹਿਲਾਂ 18 ਜਿਹੜੇ ਸੀਨੀਅਰ ਸੈਕੰਡਰੀ ਸਕੂਲ ਨੇ ਸੁਨਾਮ ਹਲਕੇ ਦੇ, ਉਹਨਾਂ ਨੂੰ ਇਹ ਲੈਬਸ ਦਿੱਤੀਆਂ ਜਾ ਚੁੱਕੀਆਂ ਨੇ। ਤਕਰੀਬਨ 1.25 ਸਾਲ ਹੋ ਗਿਆ ਉਹਨਾਂ ਦੇ ਬੱਚੇ ਟ੍ਰੇਨਿੰਗ ਲੈ ਰਹੇ ਨੇ, ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਅਤੇ 1 ਐਲੀਮੈਂਟਰੀ ਸਕੂਲ, ਯਾਨੀ ਕਿ 29 ਸਕੂਲਾਂ ਨੂੰ, ਸੁਨਾਮ ਹਲਕੇ ਦਿਆਂ ਨੂੰ ਇਹ ਰੋਬੋਟਿਕ ਲੈਬਸ ਮਿਲ ਚੁੱਕੀਆਂ ਨੇ।
ਟ੍ਰੇਨਿੰਗ ਹੈ ਜਿਹੜੀ ਉਹ ਸਪੈਸ਼ਲ ਟੀਚਰ ਰੱਖਿਆ ਗਿਆ ਹਰ ਸਕੂਲ ਦੇ ਵਿੱਚ ਮਹੀਨੇ ਦੇ ਵਿੱਚ ਦੋ ਵਾਰੀ ਜਾਇਆ ਕਰਨਗੇ। ਔਰ ਸਭ ਤੋਂ ਵੱਡੀ ਖੁਸ਼ੀ ਔਰ ਮਾਣ ਦੀ ਗੱਲ ਇਹ ਹੈ ਕਿ ਇਹ ਕਰਨ ਦੇ ਨਾਲ ਸੁਨਾਮ ਅਸੈਂਬਲੀ ਹਲਕਾ ਇਕੱਲੇ ਪੰਜਾਬ ਦੇ ਵਿੱਚੋਂ ਹੀ ਨਹੀਂ ਪੂਰੇ ਮੁਲਕ ਦੇ ਵਿੱਚੋਂ ਇਕੱਲਾ ਪਹਿਲਾ ਹੀ ਨਹੀਂ ਕੱਲਮ ਕੱਲਾ ਇੱਕੋ ਇੱਕ ਇਹੋ ਜਿਹਾ ਹਲਕਾ ਬਣ ਚੁੱਕਿਆ ਜਿਹਦੇ ਸਾਰੇ ਦੇ ਸਾਰੇ ਸੀਨੀਅਰ ਸੈਕੰਡਰੀ ਸਕੂਲ ਔਰ ਹਾਈ ਸਕੂਲ ਸਾਰੇ ਦੇ ਸਾਰੇ ਉਹ ਰੋਬੋਟਿਕ ਲੈਬਸ ਦੇ ਨਾਲ ਇਕਵਿਪ ਲੈਸ ਹੋ ਚੁੱਕੇ ਹੁਣ। ਇਹਦੇ ਲਈ ਮੈਂ ਉਚੇਚੇ ਤੌਰ 'ਤੇ ਧੰਨਵਾਦ ਕਰਦਾ ICIC ਦਾ ਜਿਨ੍ਹਾਂ ਦੇ CSR ਦੇ ਨਾਲ ਔਰ ਕਿਊਰਿਸ ਕੰਪਨੀ ਜਿਹੜੇ ਜਿਨ੍ਹਾਂ ਦੇ ਕਿਤੇ ਨੇ ਸਾਥੀ ਜਿਹੜੇ ਇਹਨਾਂ ਲੈਬਸ ਨੂੰ ਇਕਵਿਪ ਕਰਦੇ ਨੇ ਔਰ ਬੱਚਿਆਂ ਦੀ ਟ੍ਰੇਨਿੰਗ ਹੈ ਜਿਹੜੀ ਉਹ ਹੋਏਗੀ। ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਅਤੇ ਮੈਂ ਸਮਝਦਾ ਕਿ ਇਹਦੇ ਨਾਲ ਹੁਣ ਇਹਦਾ ਤੁਸੀਂ ਇੱਕ ਐਗਜ਼ਾਮਪਲ ਇਹ ਦੇਖੋ ਕਿ ਪਿਛਲੇ ਸਾਲ ਸਵਾ ਕੁ ਸਾਲ ਪਹਿਲਾਂ ਅਸੀਂ 18 ਸੀਨੀਅਰ ਸੈਕੰਡਰੀ ਸਕੂਲ ਸੁਨਾਮ ਹਲਕੇ ਦੇ ਉਹ ਲੈਬਸ ਇਕੁਇਪ ਕੀਤੀਆਂ ਸੀਗੀਆਂ ਔਰ ਉਹਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਪੱਧਰ ਦਾ ਕੰਪੀਟੀਸ਼ਨ ਹੋਇਆ ਸੀਗਾ ਰੋਬੋਟਿਕ ਲੈਬ ਰੋਬੋਟਿਕ ਜਿਹੜੀਆਂ ਇਹ ਇਕੁਇਪਮੈਂਟ ਬਣਾਉਣ ਦਾ ਹਾਂ ਉਹਦੇ ਵਿੱਚ ਸੁਨਾਮ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਬੱਚਿਆਂ ਦਾ ਮੁੰਡਿਆਂ ਦੇ ਸਰਕਾਰੀ ਸਕੂਲ ਦਾ ਇੱਕ ਬੱਚਾ ਬਲੋਕ ਦੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ ਸੁਨਾਮ ਬਲੋਕ 'ਚੋਂ ਡਿਸਟ੍ਰਿਕਟ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ ਅਤੇ ਪੰਜਾਬ ਦੇ ਵਿੱਚ ਪਹਿਲੇ ਨੰਬਰ 'ਤੇ ਆਇਆ। ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਔਰ ਇਸ ਇਹਨਾਂ ਲੈਬਾਂ ਦੇ ਐਸਟੈਬਲਿਸ਼ਮੈਂਟ ਦੇ ਨਾਲ ਅਸੀਂ ਚਾਹੇ ਚੰਡੀਗੜ੍ਹ ਹੋਵੇ ਚਾਹੇ ਦਿੱਲੀ ਚਾਹੇ ਜਿੰਨੀਆਂ ਮਰਜ਼ੀ ਸਾਰੀਆਂ ਸਟੇਟਸ ਨੇ ਜਿਹੜੀਆਂ ਉਹਨਾਂ ਦੇ ਵਿੱਚੋਂ ਸੁਨਾਮ ਹਲਕਾ ਜਿਹੜਾ ਉਹ ਲੀਡ ਲੈ ਕੇ ਪਹਿਲੇ ਨੰਬਰ 'ਤੇ ਆ ਚੁੱਕੇ। ਸੋ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ICIC ਨੂੰ ਵੀ ਕਿਊਰਿਸ ਨੂੰ ਵੀ ਮੇਰੇ ਸਾਥੀ ਡਾਕਟਰ ਅਮਰਿਤ ਜੀ ਨੂੰ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਟ੍ਰੈਂਡ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਤਾਂ ਲੱਗਦਾ ਆਉਣ ਵਾਲੇ ਸਮੇਂ ਦਾ ਇੱਕ ਚੰਗਾ ਸੁਨੇਹਾ ਦਿੱਤਾ ਜਾ ਰਿਹਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸਾਰੇ ਤੁਸੀਂ ਦੇਖੇ ਜਿਹੜੇ ਇਕੁਇਪਮੈਂਟ ਵੀ ਪ੍ਰੋਵਾਈਡ ਕਰ ਰਹੇ ਨੇ ਆ ਜਿਹੜੇ ਬੱਚਿਆਂ ਨੇ ਉਹ ਤਿਆਰ ਕੀਤਾ ਕੰਪਿਊਟਰ ਦਾ ਲੈਪਟਾਪ ਦਾ ਕਵਰ ਹੈ ਜਿਹੜਾ ਉਹ ਵੀ ਬੱਚਿਆਂ ਨੇ ਇੱਥੇ ਤਿਆਰ ਕਰ ਦਿੱਤਾ। ਸੋ ਇਹ ਸਾਰੇ ਸਾਰਾ AI ਇਨੇਬਲਡ ਹੈ ਔਰ ਟੌਪ ਕਲਾਸ ਇਕੁਇਪਮੈਂਟ ਹੈ ਜਿਹੜਾ ਉਹ ਇਹਨਾਂ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਗਿਆ। ਸਰਕਾਰੀ ਸਕੂਲ ਕਿਸੇ ਤੋਂ ਘੱਟ ਨਹੀਂ ਅਸੀਂ ਕਹਿ ਸਕਦੇ, ਪ੍ਰਾਈਵੇਟ ਸਕੂਲਾਂ ਨੂੰ ਮਾਰ ਦੇ ਰਹੇ ਨੇ। ਮੈਂ ਕਹਿੰਦਾ ਜੀ ਤੁਸੀਂ ਦੇਖਦੇ ਚੱਲੋ ਆਉਣ ਵਾਲੇ 2-3 ਸਾਲਾਂ ਦੇ ਵਿੱਚ ਇਕੱਲੇ ਸੁਨਾਮ ਹਲਕੇ ਦੇ ਨਹੀਂ ਪੂਰੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡਣ, ਮੈਂ ਗਰੰਟੀ ਦੇ ਨਾਲ ਕਹਿ ਸਕਦਾ। ਰੋਬੋਟਿਕਸ ਲੈਬ ਨੂੰ ਲਿਆਉਣ ਦੇ ਵਿੱਚ ਤੁਹਾਡਾ ਨਿੱਜੀ ਬੜਾ ਇੰਟਰਸਟ ਰਿਹਾ ਸੁਣਨ ਦੇ ਵਿੱਚ? ਦੇਖੋ ਇਸ ਤਰ੍ਹਾਂ ਕਿ ਐਜੂਕੇਸ਼ਨ ਹਮੇਸ਼ਾ ਹੀ ਹਰ ਕਿਸੇ ਦੇ ਦਿਲ ਦੇ ਕਲੋਜ਼ ਹੋਣੀ ਚਾਹੀਦੀ, ਨੇੜੇ ਹੋਣੀ ਚਾਹੀਦੀ, ਮੇਰੇ ਆਪਣੇ ਨਿੱਜੀ ਤੌਰ 'ਤੇ ਹੈ ਔਰ ਮੈਂ ਇਹਦੇ 'ਚ ਖਾਸ ਤੌਰ 'ਤੇ ਇਹਦਾ ਜਿਹੜਾ ਕ੍ਰੈਡਿਟ ਹੈ ਮੇਰੇ ਸਾਥੀ ਡਾਕਟਰ ਅੰਮ੍ਰਿਤ ਨੇ ਇਹਨਾਂ ਨੂੰ ਵੀ ਦਊਂਗਾ, ਡਾਕਟਰ ਅੰਮ੍ਰਿਤਪਾਲ ਸਿੱਧੂ, ਕਿ ਜਿੰਨਾ ਜਿਹੜੇ ਮੇਰੇ ਤੋਂ ਵੀ ਵੱਧ ਕੇ ਇਸ ਕੰਮ ਦੇ ਨਾਲ ਅਟੈਚਡ ਰਹਿੰਦੇ ਨੇ ਅਤੇ ਅਸੀਂ ਰਲ ਮਿਲ ਕੇ ਟੀਮ ਦੀ ਤਰ੍ਹਾਂ ਇੱਕ ਔਰ ਇੱਕ 11 ਹੋ ਕੇ ਅਸੀਂ ਇਹਨਾਂ ਕੰਮਾਂ ਨੂੰ ਨੇਪਰੇ ਚਾੜ੍ਹਦੇ ਹਾਂ। ਠੀਕ ਹੈ।